ਉਹ 10 ਕੁੜੀ ਮੰਡੇ ਕਿੱਥੇ ਹੈ ਵਾਈਫ ਕਿਤੇ ਮੈਨੂੰ ਵੀ ਪਤਾ ਨਹੀਂ ਮੈਂ ਇੱਥੇ ਮੇਰੇ ਹਸਬੰਦ ਵੀ ਨਹੀਂ ਹੈ ਤੁਸੀਂ ਬਾਅਦ ਵਿੱਚ ਆ ਜਾਣਾ ਜਿਹੜੀ ਇਹ ਪੁਲਿਸ ਆਈ ਹੈ ਗੁਰਦਾਉਂ ਤੋਂ ਆਈ ਹੈ ਇਹਨਾਂ ਨੇ ਕਿੰਨੇ ਪੈਸੇ ਲਏ ਨੇ ਨਹੀਂ ਲਏ ਦਿਸ ਇਜ਼ ਦੀ ਮੈਟਰ ਆਫ ਇਨਵੈਸਟੀਗੇਸ਼ਨ ਮੇਰੀ ਵਾਈਫ ਨੂੰ ਡਰਾ ਕੇ ਕਿ ਤੇਰੀ ਬੇਟੀ ਨੂੰ ਕਿਡਨੈਪ ਕਰ ਲ लेंगे ਤੂੰ ਮੇਰੇ ਨਾਲ ਚੱਲ ਸਾਡੇ ਨਾਲ ਸਾਰੀ ਬਾਹਰ ਐਸੋਸੀਏਸ਼ਨ ਸਾਡੇ ਨਾਲ ਹੈ ਪੰਜਾਬ ਬੰਡ ਹਰਿਆਣਾ ਇਹ ਬਿਲਕੁਲ ਅਸੀਂ ਨਖੇਦੀ ਕਰਦੇ ਆਂ ਤੇ ਭਰਾ ਦੇ ਨਾਲ ਡਟ ਕੇ ਖੜਾਂਗੇ ਐਂਡ ਤੀ ਲੜਾਈ ਲੜਾਂਗੇ ਔਰ ਪਰਚਾ ਕਰਾ ਕੇ ਦਾਂ ਤੇ ਜਿਹੜੀ ਇਸ ਵਾਰੀ ਜੋ ਵੀ ਘਟਨਾ ਵਾਪਰੀ ਹੈ ਨਾ ਇਹ ਜਿਹੜਾ ਪੁਲਿਸ ਦੀ ਧੱਕਾਸ਼ਾਹੀ ਜਿਹੜੀ ਕਰਕੇ ਗਏ ਨੇ ਹਰਿਆਣੀਆਂ ਵਾਲੇ ਆ ਕੇ ਇੱਥੇ ਇਹ ਅਸੀਂ ਟ੍ਰੈਂਟ ਸੈਟ ਕਰਨ ਨਹੀਂ ਦੇਣਾ ਇਹਨਾਂ ਨੂੰ ਸਸੀ ਕਾਲਾ ਅੱਜ ਬਾਰ ਕੌਂਸਲ ਨੇ ਇੱਕ ਰੈਜ਼ੋਲੂਸ਼ਨ ਪਾਸ ਕਰਿਆ ਉਹ ਜਿਹੜਾ ਰੈਜ਼ੋਲੂਸ਼ਨ ਲਾਇਸੈਂਸ ਪਾਸ ਕਰਨ ਦੇ ਪਿੱਛੇ ਹੀ ਦਿਖੀਏ ਕਿ ਰੈਜ਼ੋਲੂਸ਼ਨ ਆਖਰ ਪਾਸ ਕਿਉਂ ਕਰਨਾ ਪਿਆ ਉਹਦੇ ਪਿੱਛੇ ਦੀ ਵਜ੍ਹਾ ਵਜਿ ਦੇਖੀਏ ਤਾਂ ਫਿਰ ਇਹ ਹੁੰਦਾ ਹੈ ਕਿ ਆਖਰਕਾਰ ਜਦੋਂ ਵਕੀਲਾਂ ਦੇ ਕੋਲੇ ਕੋਈ ਵੀ ਅਪਰਾਧੀ ਜਾਂਦਾ ਹੈ ਉਹ ਹਮੇਸ਼ਾ ਇਹ ਜਾਂਦਾ ਹੈ ਕੀ ਉਹਨੂੰ ਇਨਸਾਫ ਦਵਾਉਣਗੇ ਉਹ ਕਿ ਆਖਰਕਾਰ ਉਹਨੇ ਗਲਤ ਕੰਮ ਨਹੀਂ ਕਰਿਆ ਜ਼ਿਆਦਾਤਰ ਹੁੰਦਾ ਇਹ ਹੈ ਕਿ ਆਖਰ ਜਦੋਂ ਅਸੀਂ ਦੇਖਦੇ ਹਾਂ ਕਿ ਮੁੰਡਾ ਕੁੜੀ ਭੱਜ ਕੇ ਵਿਆਹ ਕਰਾਉਂਦੇ ਨੇ ਭੱਜ ਕੇ ਕਿਹਾ ਜਾਂਦਾ ਹੈ ਕਿ ਜਦੋਂ ਆਪਦੀ ਮਰਜ਼ੀ ਨਾਲ ਵਿਆਹ ਕਰਾਉਂਦੇ ਨੇ ਪ੍ਰੋਟੈਕਸ਼ਨ ਲੈਣ ਵਾਸਤੇ ਜਾਂਦੇ ਨੇ ਕਿ ਹਾਈ ਕੋਰਟ ਦੇ ਵਿੱਚ ਜਾਂ ਫਿਰ ਅਲੱਗ-ਅਲੱਗ ਕੋਰਟਾਂ ਦੇ ਵਿੱਚ ਪਰ ਕੀ ਵਕੀਲ ਹੁਣ ਪ੍ਰੋਟੈਕਸ਼ਨ ਨਹੀਂ ਦਵਾ ਸਕਦੇ ਵਕੀਲ ਕਿਸੇ ਕੁੜੀ ਬਾਰੇ ਜਾਂ ਮੁੰਡੇ ਮੁੰਡੇ ਬਾਰੇ ਜਦੋਂ ਤੱਕਰ ਆਖਰ ਕਿਹਾ ਜਾਵੇ ਉਹਨਾਂ ਨੂੰ ਪ੍ਰੋਟੈਕਸ਼ਨ ਨਹੀਂ ਮਿਲਦੀ ਉਹਨਾਂ ਬਾਰੇ ਉਹ ਨਹੀਂ ਰੱਖ ਸਕਦੇ ਇਹ ਇਸ ਕਰਕੇ ਕਹਿ ਰਹੇ ਆ ਕਿਉਂਕਿ ਵਕੀਲ ਸਾਹਿਬ ਬੈਠੇ ਨੇ हरियाणा दी पुलिस आंदी है, है पहला 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 वकील साहब ਦੇ ਘਰੇ ਜਾਂਦੀ ਹੈ ਕਹਿੰਦੇ ਕੁੜੀ ਬਾਰੇ ਨਹੀਂ ਦੱਸਦੇ ਨਹੀਂ ਤਾਂ ਫਿਰ ਅਸੀਂ ਤੇਰੇ ਨਾਲ ਕੀ ਗੁਜ਼ਾਰਾਂਗੇ ਉਹ ਸੋਚ ਵੀ ਨਹੀਂ ਸਕਦੇ ਇਹ ਮਾਮਲਾ ਪੂਰਾ ਕੀ ਆਖਰ ਇਹ ਸਮਝਦੇ ਆ ਕਿਉਂਕਿ ਜਿੰਨੀ ਕੁ ਗੱਲ ਤੁਸੀਂ ਸਮਝੇ ਹੋਗੇ ਉਹ ਤੋਂ ਪੂਰੀ ਨਹੀਂ ਪਤਾ ਲੱਗਦਾ ਕਿ ਆਖਰ ਵਕੀਲ ਨਾਲ ਧੱਕਾ ਕਿਵੇਂ ਕੋਈ ਕਰ ਗਿਆ ਸਰਵੇਸ਼ ਜੀ ਜੇ ਦੇਖੀਏ ਕਿ ਇਹ ਜਿਹੜਾ ਮਾਮਲਾ ਪੂਰਾ ਇੱਕ ਤਾਂ ਸਮਝਾ ਦਿਓ ਪਰ ਪਹਿਲਾਂ ਪਹਿਲਾਂ ਤਾਂ ਐਂ ਲੱਗਦਾ ਵੀ ਵਕੀਲ ਤਾਂ ਲੋਕਾਂ ਨੂੰ ਜਿੱਦ ਤੱਕ ਛਡਾਉਂਦੇ ਆਏ ਤੇ ਅੱਜ ਵਕੀਲ ਨਾਲ ਹੀ ਧੱਕਾ ਹੋ ਗਿਆ ਸਰ ਵਕੀਲ ਨਾਲ ਦੇਖ ਲਓ ਸਰ ਅਗਰ ਆਪਾਂ ਕਿਸੇ ਦੀ ਪ੍ਰੋਟੈਕਸ਼ਨ ਲੋਕੋ ਦੀ ਪ੍ਰੋਟੈਕਸ਼ਨ ਕਰਾ ਤਾਂ ਆਪਣੀ ਅਗਰ ਸਾਡੀ ਪ੍ਰੋਟੈਕਸ਼ਨ ਨਹੀਂ ਸੇਵ अगर मैं किसी मेरे को कोई रन अवे कपल आता है आपको केस फाइल करना कोई भी हमारे अपराधी है कोई भी है अपना काम है मैंने उसके इंसाफ दिलाना हरी गुड़गावे कुी मुंडे मेरे को आते हैं कि हमें प्रोटेक्शन चाहिए उन्होंने मैरिज करी है आपकी प्रोटेक्शन फाइल करते हैं फाइल करते आजकल सारा ऑनलाइन दिख जाता है जैसे ऑनलाइन दिख गया गुड़गावा पुलिस तीन पुलिसमैन दो के घर वाले मेरे को हाई कोर्ट फोन करते हैं कि आप महेंद्रगढ़ से आए हैं तो मिलना है अगर ठीक है आ जाओ असं रूम से बैठे हैं मेरे को लॉन हाई कोर्ट के हॉल से आके मेरे को तीन पुलिस वाले कुड़ी वाले हॉल से बैठते हैं मैंने कहते कुछ और मुंडे की अबॉर्ड भी दस दो कितने हैं मैं कहा सर मैं तो नहीं दस सकता कहते दस दे देखू तो मैं पाँच सत लाख रुपए भी दे देते हैं मैं कहा पैसे अगर तुम्हें गल की मैं दोबारा मैं तेरे खिलाफ़ पर्चा दर्ज कराऊंगा ਹਰ ਇੱਕ ਵਕੀਲ ਇੱਥੇ ਵਿਕਾਉ ਨਹੀਂ ਆਪਾਂ ਲੋਕੋ ਕੇ ਇਨਸਾਫ ਦਿਲਾਉਣ ਲਈ ਬੈਠੇ ਇੱਥੇ ਖਰੀਦਨੇ ਕਲਕੀ ਇੱਥੇ ਹਾਈ ਕੋਰਟ ਜੀ ਬਾਹਰ ਨਹੀਂ ਜਾ ਪਾਓਗੇ ਤੁਹਾਡੇ ਖਿਲਾਫ ਪਰਚਾ ਦਰਜ ਕਰਾएंगे ਉਹ ਕਹਿੰਦੇ ਓਕੇ ਠੀਕ ਹੈ ਆਪਾਂ ਦੇਖ ਲ लेते ਤੁਹਾਨੂੰ ਵੀ ਇੰਨਾ ਕਹਿ ਕੇ ਉਹ ਇੱਥੇ ਚਲੇ ਗਏ ਉਹਦੇ ਬਾਅਦ ਅਸੀਂ ਤੁਸੀਂ ਵਿੱਚ ਮੈਂ ਤੁਹਾਨੂੰ ਥੋੜਾ ਜਿਹਾ ਟੋਕਦਾ ਤੁਸੀਂ ਕਿਹਾ ਵੀ ਪੁਲਿਸ ਦੀ ਉਹਨਾਂ ਨਾਲ ਪੁਲਿਸ ਨੂੰ ਤਾਂ ਪਤਾ ਹੀ ਹੁੰਦਾ ਵੀ ਵਕੀਲ ਦੱਸ ਸਕਦਾ ਜਾਂ ਨਹੀਂ ਦੱਸ ਸਕਦਾ ਤੇ ਵਕੀਲ ਤੇ ਦਬਾਅ ਪੁਲਿਸ ਕਿਉਂ ਮੜਵਾ ਗਿਆ ਸਰ ਪੁਲਿਸ ਕਿਉਂ ਪੁਲਿਸ ਨੇ ਪੈਸੇ ਖਾਤੇ ਉਹਨੇ ਮੈਨੂੰ ਬੋਲੇ ਕਿ ਅਸੀਂ 15-20 ਲੱਖ 15 ਲੱਖ ਰੁ ਉਹ ਬੈਨੀਫਿਟ ਹੋ ਜਾਏਗਾ ਮੈਂ ਕਹ ਤੁਸੀਂ ਲੇਤੇ ਕੋਈ ਅਕਲ ਨਹੀਂ ਰਿਕੇ ਆਪਾਂ ਪੈਸੇ ਇੱਕ ਗਲਤੀ ਮੈਂ ਤਿਰਖਲਾ ਪਰਚਾ ਦੱਚ ਕਰਾਉਂਗਾ ਮੇਰੇ ਖਰੀਦਨੇ ਦਾ ਕੋਈ ਪੈਦਾ ਨਹੀਂ ਹੋਇਆ ਹੈ ਆਪਾਂ ਉਹਨਾਂ ਦੀ ਸੇਫ ਸਾਈਡ ਕੇ ਲਿਏ ਇੱਕ ਪਟੀਸ਼ਨ ਫਾਈਲ ਕੀਤੀ ਮੇਰਾ ਮੈਨੂੰ ਉਹਨੇ ਲਾਈਫ ਬਚਾਣੇ ਦਾ ਫਰ ਜਾਏਗਾ ਆਪਾਂ ਉਹਨੂੰ ਨਹੀਂ ਦੱਸ ਸਕਦੇ ਉਹਦੇ ਬਾਅਦ ਕਹਤਾਂ ਕੋਈ ਨਹੀਂ ਆਪਾਂ ਉਹਨੂੰ ਦੇਖ ਲਵਾਂਗੇ ਅਸੀਂ ਇੱਥੇ ਸੀ ਤਿੰਨ ਪੁਲਿਸ ਵਾਲੇ ਪਲੱਸ ਕੁੜੀ ਦੇ ਘਰ ਵਾਲੇ ਮੇਰੇ ਘਰ ਚ ਜਾਤੇ ਹੈ ਮੇਰੀ ਵਾਈਫ ਨੂੰ ਚੱਕਤੇ ਹੈ कि तू दस कुड़ी मुंडे कितने वाइफ कहती भी पता नहीं मैं इतने मेरे हस्बैंड भी नहीं है तो बात बाद आ जाना और वो कहते धक्के घर बढ़ गए घर बढ़ के गए मेरी छो छोटी बेटी है सात साल की उन्हूँ कहते तेरी कुड़ी ने मैं किडनैप करके ले जाऊँगा तू पहले पूरे घर की तलाशी लीती पुलिस वाले घर के एंट्र गई है वो सीसी फुटेज हैगी सीसी कैमरे घर से लगा हुआ वो सारे वो हैगी ਉਦੇ ਬਾਅਦ ਕਹਤੇ ਕਿ ਤੂੰ ਮੇਰੇ ਨਾਲ ਚੱਲ ਨਹੀਂ ਤੇਰੀ ਵਾਈਫ ਬੇਟੀ ਨੂੰ ਮੈਂ ਕਿਡਨੈਪ ਕਰਕੇ ਲੈ ਜਾਊਂਗਾ ਮੈਨੂੰ ਪਤਾ ਹੈ ਕਿ ਤੇਰੀ ਬੇਟੀ ਲੈ ਜਾ ਤਾ ਤਾਨੂੰ ਪਤਾ ਲੱਗੇਗਾ ਕਿਸੇ ਦੀ ਬੇਟੀ ਕਿਸ ਤਰ੍ਹਾਂ ਹੈਗੀ ਮੇਰੀ ਵਾਈਫ ਨੇ ਕਹ ਕੋਈ ਮੇਰੇ ਹਸਬੈਂਡ ਆ ਜਾਣਗੇ ਯਾ ਮੈਨੂੰ ਮੈਨੂੰ ਫੋਨ ਦੇ ਦਿਓ ਉਹਦਾ ਜੱਤੇ ਸਭ ਤੋਂ ਪਹਿਲੇ ਉਸ ਦਾ ਫੋਨ ਛਿੰਨ ਲਿਆ ਕਹਤੇ ਫੋਨ ਨਹੀਂ کہیں ਕਰਨਾ ਫੋਨ ਛਿੰਨ ਲਿਆ ਉਹਨੂੰ ਪੂਰੇ ਘਰ ਚ ਮੇਰੇ ਘਰ ਚ ਤਲਾਸ਼ੀ ਲਈਤੀ ਵਿਦਆਊਟ ਸਰਚ ਵਾਰੈਂਟ ਵਿਦਆਊਟ ਲੋਕਲ ਪੁਲਿਸ ਗੁਰਦਾਵਾ ਕਿ ਪੁਲਿਸ ਅਗਰ ਪੰਜਾਬ ਚ ਆਤੀ ਹੈ ਤਾਂ ਪੰਜਾਬ ਚ ਲੋਕਲ ਪੁਲਿਸ ਇਨਟੀਮੇਸ਼ਨ ਦੇਣਾ ਔਰ ਆਈ ਐਮ ਨਾਟ ਅ ਕ੍ਰਿਮੀਨ अगर आई आई हैव फाइल अ पिटीशन दिस इज माय राइट्स ठीक है वो मेरी वाइफ नु डरा के कि तेरी बेटी नु किडनैप कर लेंगे तू मेरे नाल चल ओदे बाद ओ लेके जा के इधर उधर सर्च करते कोनी मुंडे फिर मेरी वाइफ नु छोड़ते हैं मेरी वाइफ जैसे छोड़ती है मेरे फोन करती है कि मेरे को इस तरह घटना घटी है मैं फिर रात्री एसएसपी कमिश्नर ऑफ पुलिस गुड़गाँव नु डीजीपी हरियाणा नु एसएचओ नयागांव नु तीनों नु मेल की थी कि मेरे नाल ये हुआ है तो सीधे खिलाफ एक्शन लो पुलिस वालों के खिलाफ और इन्हें सस्पेंड करो इन्होंने दे आई दर्ज करो कोई जवाब आया कोई जवाब नहीं नो रिप्लाई टिल डेट नो रिप्लाई नाउ थ्री डेज है पास्ट टिल डेट नो रिप्लाई है रिप्लाई फाइल नो एनी इंटीमेशन गिवन टू मी अगर एक वकील ही सेव नहीं है तो लोगों तक हरियाणा पुलिस देखो कितना धक्का ਕਿ ਇੱਕ ਵਕੀਲ ਦੇ ਘਰ ਆ ਕੇ ਵਿਦਾਊਟ ਸਰਚ ਵਾਂਗ ਵਿਦਾਊਟ ਲੋਕਲ ਪੁਲਿਸ ਤੇ ਆਮ ਪਬਲਿਕ ਦੇ ਸਾਥ ਕੀ ਕਰਤੇ ਹੋ ਤਾਂ ਆਪ ਦੇਖ ਸਕਤੇ ਹੋ ਹਰਿਆਣਾ ਕੀ ਪੁਲਿਸ ਸਰ ਪਰ ਵਕੀਲ ਸਾਹਿਬ ਦੇਖਿਓ ਹੂੰ ਤੁਸੀਂ ਰੈਜ਼ੋਲੂਸ਼ਨ ਦਾ ਪਤਾ ਜੇ ਕਿ ਇਹ ਕਿ ਆਖਰ ਜਿਹੜਾ ਹੈ ਪੂਰਾ ਮਾਮਲਾ ਹੈ ਕਿਉਂਕਿ ਪੁਲਿਸ ਨੂੰ ਸਾਰੇ ਰਾਈਟਸ ਪਤਾ ਹੁੰਦੇ ਨੇ ਜੇ ਕੋਈ ਹੋਰ ਹੁੰਦਾ ਕਿਉਂਕਿ ਤੁਹਾਡੇ ਜਦੋਂ ਕਹੀਏ ਕਿ ਅਦਾਲਤ ਵੀ ਫੈਸਲਾ ਸੁਣਾਉਂਦੀ ਹੈ ਕਿਸੇ ਪੁਲਿਸ ਮੁਲਾਜ਼ਮ ਦੇ ਖਿਲਾਫ ਜਦੋਂ ਕੋਈ ਗਲਤ ਕਰਦਾ ਉਹ ਕਹਿੰਦੀ ਵੀ ਤੈਨੂੰ ਪਤਾ ਸੀ ਇਹ ਚੀਜ਼ ਦੇ ਵਿੱਚ ਹੀ ਦੇਖਿਆ ਜਾਵੇ ਕਿਉਂਕਿ ਤੁਹਾਡੇ ਕੋਲ ਤਾਂ ਅਪਰਾਧੀਆਂ ਨਹੀਂ ਵੀ ਆਉਣਾ ਜਿਵੇਂ ਕਹਿੰਦੇ ਹੁੰਦੇ ਨੇ ਕਿ ਵਿਸਾਦ ਨਹੀਂ ਪਹਿਲਾਂ ਤਾਂ ਇਹ ਸਾਰੀ ਘਟਨਾ ਜਿਹੜੀ ਹੈ ਅਸੀਂ ਸਾਰੀ ਬਾਰ ਵੱਲੋਂ ਸਭ ਤੋਂ ਪਹਿਲਾਂ ਤਾਂ ਅਸੀਂ ਇਹਨੂੰ ਕੰਡੈਮਨਡ ਕਰਦੇ ਹਾਂ ਬਹੁਤ ਮੱਦ ਭਾਗੀ ਘਟਨਾ ਹੈ ਔਰ ਸਭ ਤੋਂ ਪਹਿਲਾਂ ਮੇਰਾ ਦੱਸਣਾ ਮੈਂ ਤੁਹਾਨੂੰ ਕੋਈ ਚਾਹਣਾ ਕਿ ਜਿਹੜੇ ਅਸੀਂ ਲਾਇਰਜ਼ਾਂ ਜਿਸ ਦਿਨ ਅਸੀਂ ਐਡਵੋਕੇਟ ਦਾ ਅਸੀਂ ਲਾਇਸੈਂਸ ਲੈਨੇ ਆ ਤਾਂ ਉਸ ਦਿਨ ਸਾਡੀ ਓਥ ਹੁੰਦੀ ਹੈ ਸਭ ਤੋਂ ਪਹਿਲਾਂ ਅਸੀਂ ਓਥ ਚ ਕੀ ਲੈਨੇ ਆ ਕਿ ਜਿਹੜੇ ਵੀ ਅਸੀਂ ਕੇਸ ਝਗੜਾਂਗੇ ਲਾਈਫਟਾਈਮ ਦੇ ਦੌਰਾਨ ਉਹਨਾਂ ਕੇਸਾਂ ਚ ਅਸੀਂ ਜੋ ਵੀ ਇਨਫੋਰਮੇਸ਼ਨ ਹੋਏਗੀ ਅਪਰਾਧੀ ਦੀ ਹੋਏਗੀ ਜਾਂ ਕਿਸੇ ਤੁਸੀਂ ਉਸ ਬੰਦੇ ਨੇ ਜਿਹਨੇ ਸਾਨੂੰ ਅਗੇਂਜ ਕੀਤਾ ਹੋਵੇਗਾ ਉਹ ਅਸੀਂ ਕੌਨਫਿਡੈਂਸ਼ੀਅਲ ਰੱਖਾਂਗੇ ਹੂੰ ਸੋ ਜੇਕਰ ਅਸੀਂ ਇਹਨਾਂ ਦੇ ਕੇਸ ਦੀ ਗੱਲ ਕਰ ਲਈਏ ਦੇਖੋ ਬੀਇੰਗ ਅ ਲਾਇਰ ਇਹ ਸਾਡੀ ਡਿਊਟੀ ਹੈ ਵੀ ਅਸੀਂ ਕੇਸ ਨੂੰ ਹਾਈ ਕੋਰਟ ਦੇ ਵਿੱਚ ਕੰਟੈਸਟ ਕਰੀਏ ਜਿਨ੍ਹਾਂ ਨੇ ਸਾਨੂੰ ਪੁਆਇੰਟ ਕੀਤਾ ਔਰ ਦੂਜੀ ਗੱਲ ਉਹਨਾਂ ਦਾ ਇੱਥੇ ਉਸ ਹਰਿਆਣਾ ਪੁਲਿਸ ਦਾ ਆਉਣਾ ਹਾਈ ਕੋਰਟ ਦੀਆਂ ਪਰਮਿਸਸ ਦੇਖੋ ਇਹ ਮੋਸਟ ਸੁਪੀਰੀਅਰ ਕੋਰਟ ਦੇ ਵਿੱਚ ਉਹ ਬੰਦੇ ਇੱਥੇ ਆਉਂਦੇ ਨੇ ਔਰ ਮੈਂ ਇੱਥੇ ਗੱਲ ਕਹਿਣੀ ਚਾਹਾਂਗਾ ਕਿ ਉਸ ਤੋਂ ਬਾਅਦ ਉਹ ਦੇਖੋ ਜਿਹੜੀ ਲੜਕੀ ਤੇ ਲੜਕੇ ਰਨਵੇ ਕਪਲ ਸੀਗੇ ਮੇਜਰ ਸੀਗੇ ਔਰ ਅਸੀਂ ਇਹ ਜਿਹੜਾ ਕੇਸ ਪੁਟ ਅਪ ਕਰਨਾ ਸੀ ਇਹ ਬਿਲਕੁਲ ਇਹਨਾਂ ਨੇ ਰਾਈਟ ਵੇ ਜਾ ਰਹੀ ਸੀ ਔਰ ਇੱਥੇ ਆ ਕੇ ਪੁਲਿਸ ਪੁਲਿਸ ਦਾ ਇਹਨਾਂ ਨੂੰ ਪਰਸਨਲ ਫੋਨ ਕਰਨਾ ਔਰ ਇਸ ਤੋਂ ਬਾਅਦ ਇਹਨਾਂ ਨੂੰ ਥ੍ਰੈਟਨ ਕਰਨਾ ਕਿ ਇੱਥੋਂ ਤੱਕ ਥ੍ਰੈਟਨ ਕੀਤਾ ਕਿ ਤੁਸੀਂ ਪੈਸਿਆਂ ਤੱਕ ਦੀ ਆਫਰ ਕਰਨੀ ਔਰ ਦੂਜੀ ਗੱਲ ਸਭ ਤੋਂ ਵੱਡਾ ਜੁਰਮ ਕੀ ਹੈ ਕਿ ਉਹਨਾਂ ਨੂੰ ਵੇਅਰ ਅਬਾਊਟਸ ਲੜਕੀ ਦੇ ਪੁੱਛਣੇ ਵੀ ਤੁਸੀਂ ਸਾਨੂੰ ਇੱਕ ਵਾਰੀ ਲੜਕੀ ਹੈਂਡਓਵਰ ਕਰਦੋ ਹੁਣ ਗੱਲ ਇਹਦੇ ਚ ਤਾਂ ਇਹ ਵੀ ਸਮਝ ਸਕਦੇ ਆਂ ਵੀ ਜਿਹੜੇ ਲੋਕ ਆਖਰਕਾਰ ਸਿੱਧੇ ਤੌਰ ਤੇ ਵਕੀਲ ਦੇ ਬਣ ਗਏ ਹਾਈ ਕੋਰਟ ਦੇ ਪ੍ਰੀਵਿਅਸ ਚ ਆ ਕੇ ਇਸ ਤਰ੍ਹਾਂ ਦੀਆਂ ਗੱਲਾਂ ਕਰ ਜਾਂਦੇ ਨੇ ਫਿਰ ਇਹਦੇ ਕਿਤੇ ਨਾ ਕਿਤੇ ਜੇ ਕੁੜੀ ਲੈ ਜਾਂਦੇ ਤਾਂ ਕੱਲ ਨੂੰ ਕੋਈ ਵੀ ਗੱਲ ਨਾ ਮੈਂ ਮੈਂ ਇੱਕ ਬੜੀ ਇੱਥੇ ਮੈਂ ਇੱਥੇ ਗੱਲ ਮੈਂ ਸਿਰਫ ਇੱਥੇ ਹੀ ਖਤਮ ਨਹੀਂ ਦੇਖੋ ਇਹਨਾਂ ਨੇ ਬਿਲਕੁਲ ਰਾਈਟ ਵੇ ਗਿਆ ਕਿ ਤੁਸੀਂ ਚਾਹੇ ਜੇਕਰ ਮੈਨੂੰ ਪੈਸੇ ਦੀ ਆਫਰ ਕਰ ਦਿਓ ਵੇਅਰ ਅਬਾਊਟਸ ਨਹੀਂ ਦੱਸਣੇ ਹੋਏਗਾ ਤਾਂ ਅਸੀਂ ਤੁਹਾਡੇ ਖਿਲਾਫ ਫਿਰ ਮੈਂ ਪਰਚੇ ਦੀ ਰਜਿਸਟ੍ਰੇਸ਼ਨ ਕਰਵਾਉਂਗਾ ਪਰਜੈਸਟ੍ਰੇਸ਼ਨ ਕਰਵਾਵਾਂਗੇ ਅਸੀਂ ਉਸ ਤੋਂ ਬਾਅਦ ਉਹਨਾਂ ਨੇ ਫਿਰ ਜਿਹੜਾ ਲੋ ਲੈਸਨਸ ਜਿਹੜੀ ਉਹਨਾਂ ਨੇ ਕਰਕੇ ਗਏ ਨੇ ਇੱਥੇ ਆ ਕੇ ਹਾਈ ਕੋਰਟ ਦੀਆਂ ਪਰਮਿਸਸ ਉਹ ਗੱਲ ਇੱਥੇ ਹੀ ਬੰਦ ਨਹੀਂ ਹੋਈ ਉਸ ਤੋਂ ਬਾਅਦ ਫਿਰ ਵਕੀਲ ਸਾਹਿਬ ਦੇ ਸਾਡੇ ਘਰ ਦੇ ਵਿੱਚ ਜਾਣਾ ਔਰ ਘਰ ਦੇ ਵਿੱਚ ਇੱਕ ਇਨ ਦੀ ਪ੍ਰੈਜ਼ੈਂਸ ਆਫ ਛੋਟੇ ਬੱਚਾ ਜਿਵੇਂ ਇਹਨਾਂ ਦੀ ਛੋਟੀ ਬੇਟੀ 7 ਸਾਲ ਦੀ ਬੱਚਾ ਹੈ ਉਹ ਬੱਚਾ ਉੱਥੇ ਮੌਜੂਦ ਸੀ ਔਰ ਇਹਨਾਂ ਦੀ ਵਾਈਫ ਨੂੰ ਤੁਸੀਂ ਕਾੜੋ ਵੀ ਟ੍ਰੈਸਪਾਸਿੰਗ ਕਰਕੇ ਉਹਨੂੰ ਗੱਡੀ 'ਚ ਬਿਠਾ ਕੇ ਔਰ ਉਹਨੂੰ 4-5 ਘੰਟੇ ਉਹਨੂੰ ਘੁਮਾਣਾ ਇਹ ਇੱਕ ਬਹੁਤ ਵੱਡਾ ਦੋ ਅਫੈਂਸ ਇੱਥੇ ਕਰਕੇ ਗਏ ਨੇ ਫਸਟ ਇਹਨਾਂ ਨੂੰ ਡਰਾਉਣਾ ਧਮਕਾਉਣਾ ਥ੍ਰੈਟਨ ਕਰਨਾ ਕੋਰਟ ਦੇ ਵਿੱਚ ਇਹਨਾਂ ਨੂੰ ਇੱਕ ਤਰੀਕੇ ਨਾਲ ਆਪਾਂ ਕਲਈਏ ਪੈਸੇ ਦੀ ਆਫਰ ਕਰਨਾ ਘਰ 'ਚ ਟ੍ਰੈਸਪਾਸਿੰਗ ਕਰਨਾ ਔਰ ਇਹਨਾਂ ਦੀ ਵਾਈਫ ਨੂੰ ਲੈ ਕੇ ਜਾਣਾ ਇਹ ਸਾਰੇ ਮੈਟਰ ਇੱਕ ਸੀਰੀਅਸ ਫੈਂਸਕਿਡ ਨੈਪਿੰਗ ਦੇ ਵਿੱਚ ਜਾਂਦੇ ਨੇ ਔਰ ਇੱਥੇ ਮੈਂ ਇਹ ਗੱਲ ਕਹਿਣੀ ਚਾਹਾਂਗਾ ਔਰ ਉਸ ਤੋਂ ਉੱਪਰ ਜਿਹੜੇ ਇਹਨੂੰ ਕਹਾਂਗੇ ਵੀ ਟੋਟਲ ਡਿਫੈਕਟਿਵ ਜਿਹੜੀ ਉਹ ਕਰਕੇ ਗਏ ਇਨਵੈਸਟੀਗੇਸ਼ਨ ਕਹ ਲਓ ਜਾਂ ਇਹਨੂੰ ਕੁਝ ਕਰ ਲਈ ਆਪਾਂ ਜੋ ਵੀ ਕਾਰਵਾਈ ਪਾ ਕੇ ਗਏ ਨੇ ਉਹਦੇ 'ਚ ਇਹ ਹੈਗਾ ਕਿ ਏਟਲੀਸਟ ਜਦੋਂ ਤੁਸੀਂ ਆਇਓ ਤੁਸੀਂ ਇੱਥੇ ਆ ਕੇ ਇਨਫੋਰਮ ਤਾਂ ਕਰੋ ਨਾ ਜਿਹੜੀ ਸਾਡੀ ਇੱਥੇ ਦੀ ਲੋਕਲ ਪੁਲਿਸ ਸੈਕਟਰ 3 ਦੀ ਪੁਲਿਸ ਸੀਗੀ ਕਿ ਉਹ ਪੁਲਿਸ ਨੂੰ ਨਾਲ ਨਹੀਂ ਸੀ ਲੈਣਾ ਚਾਹੀਦਾ ਨਿਆगांव ਗਏ ਨੇ ਉੱਥੇ ਐਸਐਚਓ ਜਾ ਕੇ ਨਿਆगांव ਨੂੰ ਜਾ ਕੇ ਪਹਿਲਾਂ ਹੀ ਇਨਫੋਰਮ ਕਰਦੇ ਉਸ ਤੋਂ ਬਾਅਦ ਉਹ ਪੁਲਿਸ ਨੂੰ ਲੈ ਕੇ ਫੇਰ ਉਹ ਕੋਈ ਕਾਰਵਾਈ ਪਾ ਸਕਦੇ ਸੀ ਉਹ ਵੀ ਤਾਂ ਜੇਕਰ ਅਸੀਂ ਅਪਰਾਧੀ ਹੋਈਏ ਕਿਸੇ ਕੇਸ 'ਚ ਪਰ ਇੱਕ ਗੱਲ ਸਮਝ ਲਵੋ ਜੀ ਸਰ ਤੁਸੀਂ ਸਾਰੇ ਵਕੀਰ ਬੈਠੇ ਹੋ ਅੱਜ ਜਦੋਂ ਇੰਨਾ ਰੌਲਾ ਪੈ ਗਿਆ ਪੁਰਸ ਗੱਲ ਘੁੰਮ ਕੇ ਆ ਜਾਂਦੀ ਹੈ ਇਹਦੇ ਚ ਦੋ ਚੀਜ਼ਾਂ ਵੱਡੀਆਂ ਨੇ ਕਿ ਆਖਰਕਾਰ ਹੁਣ ਪਹਿਲਾਂ ਤਾਂ ਕੋਈ ਅਪਰਾਧੀ ਜੇਕਰ ਕਈ ਵਾਰ ਕਿਉਂਕਿ ਉਹਦੇ ਅਪਰਾਧੀ ਦਾ ਟੈਗ ਹੁੰਦਾ ਉਹ ਹੁੰਦਾ ਰਿਗਾ ਵਕੀਲ ਕੋਲੇ ਨਹੀਂ ਜਾ ਸਕਦਾ ਕੋਈ ਮਦਦ ਮੰਗਣ ਵਾਸਤੇ ਇਹ ਆਮ ਕੇਸ ਨੇ ਜਿਹੜੇ ਮੁੰਡੇ ਕੁੜੀਆਂ ਜਦੋਂ ਭੱਜ ਜਾਂਦੇ ਨੇ ਕਿ ਘਰੋਂ ਵਿਆਹ ਕਰਾ ਕੇ ਪ੍ਰੋਟੈਕਸ਼ਨ ਲੈਣ ਵਾਸਤੇ ਜਾਂਦੇ ਨੇ ਫਿਰ ਵੀ ਉਹ ਵਕੀਲ ਕੋਲ ਸੇਫ ਨਹੀਂ ਹੈਗੇ ਦੇਖੋ ਜੀ ਜਿਹੜੇ ਇਹ ਆਪਾਂ ਮੁੰਡੇ ਕੁੜੀਆਂ ਕਹਿੰਦੇ ਆ ਭੱਜ ਕੇ ਵਿਆਹ ਕਰਾਉਂਦੇ ਮੇਰੇ ਖਿਆਲ ਨਾਲ ਰੋਂਗ ਟਰਮਿਨੋਲੋਜੀ ਆ ਨਿਆਣੇ ਪੜੇ ਲਿਖੇ ਆ ਮੇਜਰ ਨਹੀਂ ਉਹਨਾਂ ਨੇ ਆਪਣੀ ਲਾਈਫ ਦੀਆਂ ਪ੍ਰਾਇੋਰਟੀਜ਼ ਪਤਾ ਸਮ ਟਾਈਮਸ ਪੀਰੈਂਟਸ ਆਨ ਦੀ ਬੇਸਿਸ ਆ ਕਿਉਂਕਿ ਸਾਡੇ ਇੰਡੀਆ ਚ ਜੇ ਕਾਸਟ ਰਿਲੀਜੀਅਨ ਬਹੁਤ ਬੜਿਆ ਹੋਇਆ ਸੋ ਲਾ ਜਦ ਪ੍ਰੋਵਾਈਡ ਕਰਦਾ ਵੀ ਵੀ ਹੈਵ ਦ ਰਾਈਟ ਟੂ ਪ੍ਰੋਟੈਕਟ ਥਮ ਜਦ ਇਹਨਾਂ ਨੇ ਸਾਡੇ ਗੁਪਤਾ ਜੀ ਨੇ ਉਹਨਾਂ ਦੀ ਪਟੀਸ਼ਨ ਪਾਤੀ ਤਾਂ ਮੇਰੇ ਖਿਆਲ ਨਾਲ ਹਰਿਆਣਾ ਪੁਲਿਸ ਦਾ ਜਿਹੜਾ ਐਕਟ ਤੇ ਕੰਡਕਟ ਹੈ ਉਥੋਂ ਹਣ ਪਹਿਲਾਂ ਹਾਈ ਕੋਰਟ ਆ ਕੇ ਪੈਸੇ ਆਫਰ ਕਰਨੇ ਫਿਰ ਡਰਾਉਣਾ ਉਤੋਂ ਬਾਅਦ ਤੇ ਘਰੇ ਜਾਣਾ ਤੁਸੀਂ ਵਕੀਲ ਨੂੰ ਛੱਡੋ ਕਿ ਆਮ ਬੰਦੇ ਦੇ ਘਰੇ ਵੀ ਬਿਨਾ ਤੁਸੀਂ ਜਦ ਤੱਕ ਤੁਸੀਂ ਇੱਕ ਅਕਿਊਜ਼ ਨਹੀਂ ਗਏ ਤੁਹਾਡੇ ਕੋਲ ਸਰਚ ਵਾਰੰਟ ਨਹੀਂ ਕਿ ਜਾ ਸਕਦੇ ਹੋ ਫਿਰ ਤੁਸੀਂ ਇਹ ਦੇਖੋ ਸਭ ਤੋਂ ਵੱਡੀ ਗੱਲ ਵਕੀਲ ਦੇ ਕੋਲੇ ਕੀ ਹੁੰਦਾ ਇੱਕ ਬਰੀਫ ਹੁੰਦਾ ਇੱਕ ਵਕੀਲ ਦੀ ਇੱਜ਼ਤ ਹੁੰਦੀ ਹੈ ਸਾਰੇ ਮਹੱਲੇ ਦੇ ਵਿੱਚ ਪੁਲਿਸ ਘਰੇ ਆਵੇ ਤੁਹਾਡੀ ਵਾਈਫ ਨੂੰ ਨਾਲ ਲੈ ਕੇ ਜਾਵੇ ਤੁਹਾਡੀ ਮਾਈਨਰ ਬੇਟੀ ਸਭ ਕੁਝ ਦੇਖ ਰਹੀ ਆ ਉਹ ਟਰੋਮਾ ਕਿੱਥੇ ਗਿਆ ਅਸੀਂ ਇਹਨਾਂ ਨੇ ਆਪਣੀ ਵਧੀਆ ਕੀਤਾ ਇਹਨਾਂ ਨੇ ਸਾਰਿਆਂ ਨੂੰ ਚਿੱਠੀ ਲਿਖੀ ਨੋਟੀਫਾਈਂਗ ਟਾਈਮ ਕੀਤਾ ਸਾਡੀ ਬਾਰ ਦੇ ਐਸੋਸੀਏਸ਼ਨ ਦੇ ਪ੍ਰਧਾਨ ਆਬਾ ਜੀ ਨੇ ਰੈਜ਼ੋਲੂਸ਼ਨ ਪਾਸ ਕੀਤਾ ਬਾਰ ਦਾ ਅਸੀਂ ਐਡਵੋਕੇਟ ਜਨਰਲ ਪੰਜਾਬ ਨੂੰ ਮਿਲੇ ਆ ਉਹਨਾਂ ਨੇ ਹੀ ਐਸ ਇਨਸਟਰਕਟਡ ਦੀ ਐਸਐਸਪੀ ਵੀ ਇਹ ਚ ਦੇਖੋ ਪਰ ਵੇਟ ਕਰਦੇ ਆ ਵੀ ਕੀ ਹੋ ਰਿਹਾ ਪਰ ਹੁਣ ਤੱਕ ਤਾਂ ਐਫਆਈਆਰ ਹੋਣੀ ਚਾਹੀਦੀ ਸਵਿਫਟਲੀ ਇਹਦੇ ਚ ਪ੍ਰੈਮਾਫਸਾਈ ਕੇਸ ਦਾ ਵੀਡੀਓ ਰਿਕਾਰਡਿੰਗ ਇਹਨਾਂ ਕੋਲ ਸੀਸੀਟੀਵੀ ਆ ਸਭ ਕੁਝ ਇਹਨਾਂ ਕੋਲ ਰਿਹਾ ਇੱਕ ਪਟੀਸ਼ਨਰ ਦੇ ਵਕੀਲ ਨੇ ਪਟੀਸ਼ਨ ਸੋਮਵਾਰ ਨੂੰ ਲੱਗੀ ਹੋਈ ਆ ਮੈਨੂੰ ਇਹ ਦੱਸੋ ਵੀ ਪੁਲਿਸ ਕਿਹੜੇ ਲਾਅ ਦੇ ਅੰਡਰ ਇਹ ਵਕੀਲ ਤੋਂ ਪੁੱਛ ਰਹੀ ਹੈ ਵੀ ਇਹ ਬੰਦੇ ਕਿੱਥੇ ਨੇ ਕੱਲ ਨੂੰ ਏਡੇ ਏਡੇ بڑے ਪੋਲੀਟੀਸ਼ੀਅਨਸ ਦੇ ਕੇਸ ਲੜਦੇ ਨੇ ਤਾਂ ਕੱਲ ਨੂੰ ਲੋਕਲ ਸਾਨੂੰ ਵਕੀਲਾਂ ਨੂੰ ਕੁੱਟਣ ਲੱਗ ਜਾਣਗੇ ਵੀ ਸਾਨੂੰ ਦੱਸੋ ਵੀ ਤੁਹਾਡਾ ਪੋਲੀਟੀਸ਼ੀਅਨ ਜਿਹਦੀ ਤੁਸੀਂ ਬੇਲ ਲਾਈਓ ਕਿੱਥੇ ਆ ਮਤਲਬ ਇਹ ਕਿੱਥੇ ਜਾ ਰਿਹਾ ਸੋ ਹਰਿਆਣਾ ਪੁਲਿਸ ਦੀ ਹੈ ਹਾਈ ਹੈੱਡਡੈਸ ਮੈਂ ਹਰਿਆਣਾ ਪੁਲਿਸ ਦੇ ਡੀਜੀਪੀ ਸਾਹਿਬ ਨੂੰ ਰਿਕੁਐਸਟ ਕਰਦਾ ਵੀ ਇਹ ਬੰਦੇ ਦਾ ਜੌਬ ਦੇ ਵਿੱਚ ਕੰਟੀਨਿਊ ਕਰਨ ਦੇ ਕਾਬਿਲ ਹੀ ਨਹੀਂ ਜਿਹੜੀ ਵੀ ਇਹ ਟੀਮ ਆਈ ਸੀ ਦੇ ਸ਼ੁੱਡ ਬੀ ਡਿਸਮਿਸਡ ਫਰਮ ਦੀ ਸਰਵਿਸ ਤੇ ਇਹਦੀ ਇਨਕੁਆਰੀ ਕੀਤੀ ਜਾਵੇ ਸਾਰੀ ਪਰੇਮ ਵੀ ਸਹੀ ਦੇਖ ਰਹੇ ਹੋ ਤੁਸੀਂ ਸਾਰਾ ਕੁਝ ਹੁਣ ਲਾਸਟ ਐਨੀ ਇੱਕ ਚੀਜ਼ ਸਮਝਾ ਦੋ ਜਦੋਂ ਦੂਜੇ ਸੂਬੇ ਵਿੱਚ ਪੁਲਿਸ ਜਾਂਦੀ ਹੈ ਫਿਰ ਉਹ ਸਭ ਨੂੰ ਪਤਾ ਵੀ ਇਨਫੋਰਮ ਕਰਨਾ ਹੁੰਦਾ ਜਾਂਦਾ ਹੁੰਦਾ ਪਿੱਛੇ ਜੇ ਮਾਮਲਾ ਵੀ ਉੱਠਿਆ ਸੀਗਾ ਦਿੱਲੀ ਪੁਲਿਸ ਕੋਲੇ ਕੇਸ ਰਜਿਸਟਰ ਹੋ ਗਿਆ ਕਹਿੰਦੇ ਇਹ ਡਿਟੇਨ ਕਰ ਲਿਆ ਹੁਣ ਆਖਰਕਾਰ ਜਿਵੇਂ ਹੁਣ ਹਰਿਆਣਾ ਪੁਲਿਸ ਹੋਰੇ ਆਉਂਦੀ ਹੈ ਜੇ ਇਮਾਨਦਾਰੀ ਦੇ ਨਾਲ ਜੇ ਕਹੀਏ ਤੇ ਜਿੰਮੇ ਤੁਸੀਂ ਕੰਪਲੀਨਟਸ ਦਿੱਤੀਆਂ ਕਿਉਂਕਿ ਉਹ ਤਾਂ ਕਾਨੂੰਨ ਦੇ ਹਿਸਾਬ ਨਾਲ ਹੀ ਤੁਸੀਂ ਦਿੱਤੀਆਂ ਹੋਣੀਆਂ ਸਾਰੀਆਂ ਚੀਜ਼ਾਂ ਕਾਰਵਾਈ ਹੋ ਜਾਂਦੀ ਹੈ ਫਿਰ ਹਰਿਆਣਾ ਪੁਲਿਸ ਕਿੱਥੇ ਜੇ ਖੜਦੀ ਹੈ ਦੇਖੋ ਸਭ ਤੋਂ ਪਹਿਲਾਂ ਮੈਂ ਦੱਸੂਗਾ ਡਿਊ ਕਿਹੜਾ ਜਿਹਦੇ ਵਿੱਚ ਕੋਈ ਨਾਮਜਾਦੇ ਜਾਂ ਕੋਦੂਸ਼ੀ ਹੈ ਦੇਖੋ ਭਰਾ ਸਾਡਾ ਇੱਕ ਦੇਖੋ ਇੱਕ ਵਕੀਲ profession ਹਾਂ ਬਹੁਤ ਅਸਟੀਮਡ profession ਮੰਨਿਆ ਕਾਨੂੰਨ ਦੇ ਵਿੱਚ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸੂਗਾ ਪੱਤਰਕਾਰ ਸਾਹਿਬ ਸਾਡੇ ਵੱਡੇ ਭਰਾ ਬੈਠੇ ਨੇ ਨਾਲ ਗੁਪਤਾ ਜੀ ਬੈਠੇ ਨੇ ਵਕੀਲ ਕੋਲ ਸਿਰਫ ਇੱਕ ਇੱਜ਼ਤ ਹੁੰਦੀ ਹੈ ਸੋ ਇਹ ਜੋ ਸਾਡੀ ਇੱਜ਼ਤ ਦਾ ਇਹਨਾਂ ਨੇ ਖਲਾਰਾ ਪਾਇਆ ਔਰ ਘਰ ਦੇ ਵਿੱਚ ਇੱਕ ਵਾਈਫ ਜਿਹਨੂੰ ਇਹ ਪਤਾ ਨਹੀਂ ਹ우스 ਵਾਈਫ ਨੂੰ ਕਿ ਮੇਰੇ ਹਸਬੰਡ ਸਾਡੇ ਕੋਲ 1800 ਕੇਸ ਨੇ ਮੈਂ ਹਰੇਕ ਕੇਸ ਦਾ ਵਾਈਫ ਨੂੰ ਪਤਾ ਮੇਰੀ ਨੂੰ ਤੁਸੀਂ ਇਹ ਜੋ ਚੀਜ਼ੇ ਕਰਕੇ ਗਏ ਨੇ ਔਰ ਤੁਸੀਂ ਇਹਨਾਂ ਦੀ ਇੱਕ ਹਿੰਮਤ ਦੇਖੋ ਹਾਈ ਕੋਰਟ ਦੇ ਵਿੱਚ ਅੰਦਰ ਦਾਖਲ ਹੋਣਾ ਜਿਵੇਂ ਪਹਿਲਾਂ ਵਕੀਲ ਸਾਹਿਬ ਦੱਸ ਕੇ ਗਏ ਨੇ ਉਸ ਤੋਂ ਬਾਅਦ ਇਹਨਾਂ ਦੇ ਘਰੇ ਜਾਣਾ ਸਰ ਜਿਹੜੀ ਇਹ ਪੁਲਿਸ ਆਈ ਹੈ ਗੁੜगांव ਤੋਂ ਆਈ ਹੈ ਇਹਨਾਂ ਨੇ ਕਿੰਨੇ ਪੈਸੇ ਲਏ ਨੇ ਨਹੀਂ ਲਏ ਥਿਸ ਇਜ਼ ਦੀ ਮੈਟਰ ਆਫ ਇਨਵੈਸਟੀਗੇਸ਼ਨ ਜਦੋਂ ਪ੍ਰਾਈਮ ਆਫਸਾਈ ਦੇਖ ਰਿਹਾ ਹੈ ਵੀ ਇਹ ਧੱਕਾ ਕਰਕੇ ਗਏ ਨੇ ਸਾਨੂੰ ਇੱਥੇ ਪਰਚਾ ਚਾਹੀਦਾ ਉਸ ਤੋਂ ਬਾਅਦ ਅੱਗੇ ਅਸੀਂ ਕੀ ਕਰਾਂਗੇ ਔਰ ਇੱਕ ਚੀਜ਼ ਤੁਹਾਨੂੰ ਤੁਹਾਡੇ ਰਾਹੀਂ ਦੱਸੂਗਾ ਸਾਡੇ ਨਾਲ ਇਹ ਨਹੀਂ ਵੀ ਅੱਜ ਅਸੀਂ ਇੱਥੇ ਸਿਰਫ ਪੰਜ ਛੇ ਵਕੀਲ ਆਪਾਂ ਉਹ ਵੀ ਅਸੀਂ ਬੈਠੇ ਆਂ ਸਾਡੇ ਨਾਲ ਸਾਰੀ ਬਾਹਰ ਐਸੋਸੀਏਸ਼ਨ ਸਾਡੇ ਨਾਲ ਹੈ ਪੰਜਾਬ ਬਣ ਹਰਿਆਣਾ ਸਾਨੂੰ ਲੋੜ ਪਈ ਕਿ ਬਾਰ ਕਾਉਂਸਲ ਤੇ ਜ ਲੋੜ ਪਈ ਕਿ ਅਸੀਂ ਜੱਜਿਸ ਨੂੰ ਵੀ ਮਿਲਾਂਗੇ ਅਸੀਂ ਡੀਜੀਪੀ ਸਾਹਿਬ ਨੂੰ ਵੀ ਮਿਲਾਂਗੇ ਵੀ ਇਹ ਪਰਸਨਲ ਦੇਖੋ ਇਹ ਕਾਲਾ ਕੋਟ ਜਿਹੜਾ ਜੇ ਇਹਨਾਂ ਨੂੰ ਦਬਾ ਲਿਆ ਤਾਂ ਕੋਈ ਇਨਸਾਫ ਨਹੀਂ ਕਰ ਪਾਏਗਾ ਇਹ ਬਿਲਕੁਲ ਅਸੀਂ ਨਖੇਦੀ ਕਰਦੇ ਆਂ ਤੇ ਭਰਾ ਦੇ ਨਾਲ ਡਟ ਕੇ ਖੜਾਂਗੇ ਐਂਡ ਤੀ ਲੜਾਈ ਲੜਾਂਗੇ ਔਰ ਪਰਚਾ ਕਰਾ ਕੇ ਦੋਵਾਂਗੇ ਇੱਕ ਮੈਂ ਲਾਸਟ ਦੇ ਵਿੱਚ ਗੱਲ ਕਹਿਣੀ ਚਾਹੁੰਦਾ ਕਿ ਇਹ ਜਿਹੜੀ ਇਸ ਵਾਰੀ ਜੋ ਵੀ ਘਟਨਾ ਵਾਪਰੀ ਹੈ ਨਾ ਇਹ ਜਿਹੜਾ ਪੁਲਿਸ ਦੀ ਧੱਕਾਸ਼ਾਹੀ ਜਿਹੜੀ ਕਰਕੇ ਗਏ ਨੇ ਹਰਿਆਣੇ ਵਾਲੇ ਆ ਕੇ ਇੱਥੇ ਇਹ ਅਸੀਂ ਟ੍ਰੈਂਟ ਸੈੱਟ ਕਰਨ ਨਹੀਂ ਦੇਣਾ ਇਹਨਾਂ ਨੂੰ ਇਹ ਦੇਖੋ ਕੱਲ ਨੂੰ ਮੈਂ ਆ ਅਸੀਂ ਲੋਅਰਜ਼ ਆ ਸਾਰੇ ਅਸੀਂ ਇੱਥੇ ਬੈਠੇ ਆ ਦੇਖੋ ਸਾਨੂੰ ਹਾਰਡ ਕੋਰ ਕ੍ਰਿਮੀਨਲ ਨੇ ਵੀ ਅਪਰੋਚ ਕਰਨਾ ਹੈ ਸਾਨੂੰ ਹੋ ਸਕਦਾ ਕਿਸੇ ਗੈਂਗਸਟਰ ਨੇ ਵੀ ਅਪਰੋਚ ਕਰਨਾ ਹੋਵੇ ਦੇਖੋ ਹਰੇਕ ਬੰਦੇ ਨੂੰ ਰਾਈਟ ਏ ਇਹ ਕਨਸਟੀਟਿਊਸ਼ਨਲ ਰਾਈਟ ਏ ਹਰੇਕ ਬੰਦੇ ਨੂੰ ਆਪਣਾ ਕੇਸ ਡਿਫੈਂਡ ਕਰਨ ਦਾ ਔਰ ਲੋਅਰ ਨੂੰ ਅਗੇਜ ਕਰਨ ਦਾ ਔਰ ਜੇ ਉਹ ਕਹਿਣ ਕਿ ਜੇ ਹੁਣ ਅਸੀਂ ਰੁਟੀਨ ਦੇ ਵਿੱਚ ਅਸੀਂ ਕੇਸਾਂ 'ਚ ਅਪੀਅਰ ਹੁੰਦੇ ਆ ਸਾਨੂੰ ਕੋ ਕਹਵੇ ਜੀ ਤੁਹਾਡਾ ਜੇ ਅਸੀਂ ਐਂਟੀਸੀਪੇਟੀਆਂ ਬੇਲਾਂ ਵੀ ਲਾਉਨੇ ਆ ਸਾਨੂੰ ਆਇਆ ਤਾਂ ਆ ਕੇ ਸਾਨੂੰ ਪੁਲਿਸ ਵਾਲੇ ਆ ਕੇ ਰੂਟੀਨ ਦੇ ਵਿੱਚ ਸਾਨੂੰ ਪ੍ਰੈਸ਼ਰਾਈਜ਼ ਕਰਨਗੇ ਕਿ ਤੁਸੀਂ ਦੇਖੋ ਤਾਂ ਬੜਾ ਸੋਖਾ ਤਰੀਕਾ ਹੈ ਕਿ ਜੇਕਰ ਤੁਹਾਡੇ ਕੋਲ ਬੰਦਾ ਟ੍ਰੇਸ ਆਊਟ ਹੋ ਨਹੀਂ ਰਿਹਾ ਤੁਸੀਂ ਚੁੱਕ ਕੇ ਆ ਕੇ ਸਿੱਧਾ ਵਕੀਲ ਨੂੰ ਤੁਸੀਂ ਥ੍ਰੈਟਨ ਕਰੋ ਔਰ ਉਹਨੂੰ ਪੁੱਛ ਲਓ ਵੀ ਭਾਈ ਬੰਦੇ ਦੀ ਲੋਕੇਸ਼ਨ ਕਿੱਥੋਂ ਦੀ ਹੈ ਸੋ ਅਸੀਂ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਈਆਂ ਗੱਲ ਕਹਿਣੀ ਚਾਹੁੰਦਾ ਕਿ ਜਿਹੜਾ ਟ੍ਰੈਂਡ ਸੈੱਟ ਕਰਨ ਨੂੰ ਫਿਰਦੇ ਨੇ ਕਰਨ ਨਹੀਂ ਦੇਣਾ ਅਸੀਂ ਸੋ ਇਹਦੇ ਪਿੱਛੇ ਇੱਕ ਜਾਂਦਾ ਜਾਂਦਾ ਚੀਜ਼ ਦੱਸੂਗਾ ਉਹ ਇੱਕ ਚੀਜ਼ ਮੇਰੇ ਦਿਮਾਗ 'ਚ ਹੈ ਕਿ ਜਦੋਂ ਵ ਅਬਸੋਲੂਟ ਕਰਦਾ ਆਪਣੇ ਭਰਾ ਨੂੰ ਵੀ ਜਿਹੜੇ ਜਿਹੜਾ ਨਾ ਪੈਸਿਆਂ ਚ ਉਹਨਾਂ ਦੇ ਕੋਲ ਦੱਬਿਆ ਗਿਆ ਨਾ ਉਹਨਾਂ ਦੀਆਂ ਗੱਲਾਂ ਨਾਲ ਡਰਿਆ ਜਦੋਂ ਪੰਜਾਬੀ ਚ ਕਹ ਲਓ ਇਹ ਸਾਡਾ ਭਰਾ ਲੋਟ ਨਹੀਂ ਨਾ ਆਇਆ ਫਿਰ ਇਹਦੇ ਘਰੇ ਪਹੁੰਚ ਕੇ ਬਦਮਾਸ਼ੀ ਕਰਨ ਸੋ ਇਹ ਜਿਹੜੀ ਬਦਮਾਸ਼ੀ ਤੁਸੀਂ ਭਾਜੀ ਪਾ ਕੇ ਗਏ ਹੋ ਨਾ ਇਹ ਤੁਸੀਂ ਵਕੀਲਾਂ ਨਾਲ ਪਾਈਏ ਸਾਡੇ ਭਰਾ ਨਾਲ ਪਾਈਏ ਇਹਦਾ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ 100% ਜੇ ਜਸਟਿਸ ਭਰਾ ਨਾਲ ਅਸੀਂ ਕਰਾ ਕੇ ਛੱਡਾਂਗੇ ਬਿਲਕੁਲ ਤੋਂ ਇਹ ਮਾਮਲਾ ਜੇ ਵੀ ਕਹੀਏ ਕਿ ਆਖਰਕਾਰ ਸਾਰੇ ਵਕੀਲ ਏਸੇ ਗੱਲੋਂ ਕਿਤੇ ਨਾ ਕਿਤੇ ਜੇ ਕਹੀਏ ਕਿ ਹਰ ਕਿਸ ਚੀਜ਼ ਦਾ ਤੇ ਨਾਲ ਨਾਲ ਇਹ ਇੱਕ ਬਹੁਤ ਵਧੀਆ ਗੱਲ ਕਹੀ ਕਿ ਟ੍ਰੈਂਡ ਸੈੱਟ ਹੋ ਨਹੀਂ ਦੇਣਾ ਕਿਉਂਕਿ ਜਦੋਂ ਇੱਕ ਵਾਰੀ ਕੋਈ ਚੀਜ਼ ਚੱਲਣ ਚੱਲ ਪਾਂਦਾ ਤਾਂ ਉਹ ਚੱਲਣ ਨੂੰ ਖਤਮ ਕਰਨਾ ਤੇ ਮਟਾਉਣਾ ਬਹੁਤ ਔਖਾ ਹੋ ਜਾਂਦਾ ਤੇ ਉਹੀ ਚੀਜ਼ ਕਿਤੇ ਨਾ ਕਿਤੇ ਦਿਖੀ ਹੈ ਕਿ ਹਰਿਆਣਾ ਪੁਲਿਸ ਨੇ ਆ ਕੇ ਚੰਡੀਗੜ੍ਹ ਦੇ ਵਕੀਲਾਂ ਦੇ ਨਾਲ ਪੰਗਾ ਲਿਆ ਤਾਂ ਹੈਗਾ ਉਹ ਕਹਿੰਦੇ ਪਰ ਅਸੀਂ ਜਵਾਬ ਦੇਵਾਂਗੇ ਬਖੂਬੀ ਤੌਰ ਤੇ ਪਰ ਨਾਲ ਨਾਲ ਇਹ ਵੀ ਹੈ ਕਿ ਆਖਰਕਾਰ ਕਾਨੂੰਨ ਕੀ ਇਹਨਾਂ ਚੀਜ਼ਾਂ ਦੀ ਇਜਾਜ਼ਤ ਦਿੰਦਾ ਕਿਉਂਕਿ ਵਕੀਲ ਤਾਂ ਫਿਰ ਬਾਅਦ ਚ ਆਉਂਦਾ ਪਹਿਲਾਂ ਪੁਲਿਸ ਕੋਲ ਜਾਂਦੇ ਜੇ ਉਹ ਇਹ ਪੁਲਿਸ ਇਸ ਤਰ੍ਹਾਂ ਦੇ ਕੰਮ ਕਰ ਰਹੀ ਹੈ ਤਾਂ ਬਾਕੀ ਲੋਕ ਫਿਰ ਕਿਹੜੇ ਹਸਾਬ ਦੇ ਨਾਲ ਉਹਨਾਂ ਦੇ ਕੋਲ ਜਾਣਗੇ ਸਮਝਿਆ ਜਾ ਸਕਦਾ ਹੈ ਵੀਡੀਓ ਜਲਦਸ਼ੋਕ ਦੇ ਨਾਮ ਸਿਸ ਮਿਸਿੰਗ ਸਕਰੋਲ ਪੰਜਾਬ ਚੰਡੀਗੜ੍ਹ